ਸਲਾਮ ਅਲੈਕੁਮ ਗਰੁੱਪ ਵਾਲਿਓ, ਕਿੱਥੇ ਕਿੱਥੇ ਗਏ ਹੋ? ਉਹ ਕੱਲ ਦੀ ਪੰਜਾਬ ਪੁਲਿਸ ਦੀ ਗਰੁੱਪ 'ਚ ਤਸਵੀਰਾਂ ਅਪਲੋਡ ਹੋਈਆਂ ਨੇ ਅਤੇ ਉਸ ਤੋਂ ਬਾਅਦ ਕਿਸੇ ਦਾ ਕੋਈ ਰਾਬਤਾ ਹੀ ਨਹੀਂ ਯਾਰ। ਏਡੇ ਖੌਫ ਪੈ ਗਿਆ ਪੰਜਾਬ ਪੁਲਿਸ ਦਾ ਯਾਰ। ਅਸੀਂ ਤਾਂ ਗੱਲ ਨਾ ਕਰੋ, ਸੁਰੀਲੀ ਸੁਰੀਲੀ ਆਵਾਜ਼ 'ਚ ਆਓ, ਖਤਰਾ ਲਾਏ ਤੇ ਸੁਰੀਲੀ ਸੁਰੀਲੀ ਆਵਾਜ਼ ਸੁਣਾਓ ਯਾਰ, ਜਲਦੀ ਆਓ ਬਾਈ, ਦਿਲ ਬੜਾ ਉਦਾਸ ਹੈ। ਔਰ ਸਰ ਆਪਣੀ ਪਿਆਰੀ ਪਿਆਰੀ ਆਵਾਜ਼ ਸੁਣਾਓ, ਕਿੱਥੇ ਕਿੱਥੇ ਹੋ ਅਤੇ ਕੌਣ ਕੌਣ ਹੋ? ਜਲਦੀ ਜਲਦੀ ਪਿਆਰੀ ਪਿਆਰੀ ਆਵਾਜ਼ ਸੁਣਾ ਕੇ ਦੱਸੋ, ਅਸੀਂ ਹੈ ਵਾਂ ਕੈਮ ਦੈਮ ਆ। ਜਨਾਬ ਮਹਿਮੂਦ ਭਾਈ, ਸਭ ਖੈਰੀਅਤ ਹੈ? ਅਸੀਂ ਤਾਂ ਸਰਕਾਰ ਅਲਹਮਦੁਲਿਲਾ ਜੇ ਹੈ ਵਾਂ, ਅਤੇ ਬਾਕੀ ਗਰੁੱਪ ਮੈਂਬਰਾਂ ਬਾਰੇ ਜੇ ਮੈਨੂੰ ਕੁਛ ਹੈ ਸ਼ੱਕ ਕਿ ਕੋਈ ਸੁੱਤੇ ਹੋਏ ਨੇ ਜਾਂ ਕੁਛ ਜਾਬ 'ਤੇ ਨੇ ਜਾਂ ਆ ਰਹੇ ਨੇ ਕੋਈ ਜਾ ਰਹੇ ਨੇ, ਅਤੇ ਤੁਸੀਂ ਸਰਕਾਰ ਸਾਨੂੰ ਬੁਲਾਓ ਨਾ ਉੱਥੇ ਆਪਣੇ ਡੇਰੇ 'ਤੇ। ਉੱਥੇ ਗਾਵਾਂ ਦਾ ਕੋਈ ਦੁੱਧ ਪੀਏ ਅਸੀਂ, ਕੋਈ ਜ਼ਹਿਨ ਤਾਜ਼ਾ ਹੋਵੇ, ਫਰੈਸ਼ ਹੋਵੇ। ਹਾਂਜੀ ਸਰ ਆ ਜਾਓ, ਬਿਸਮਿਲ੍ਲਾ। ਲੇਕਿਨ ਮਹਿਮਾਨ ਆਪਣਾ ਮੁਕੱਦਰ ਨਾਲ ਲੈ ਕਹਿੰਦਾ, ਤੁਸੀਂ ਕੀ ਲੈ ਕੇ ਆਓਗੇ? ਇਹ ਹੁਣ ਮਹਿਮੂਦ ਭਾਈ ਨੇ ਮੈਸੇਜ ਸੁਣ ਕੇ ਮੇਰਾ ਖਿਆਲ ਹੈ ਕਿ ਬਹੁਤ ਘੱਟ ਜਵਾਬ ਦੇਣਗੇ। ਨਾ ਸਹੀ ਨਾ, ਤੁਸੀਂ ਆਓ ਜੀ ਸਦਕੇ ਬਿਸਮਿਲ੍ਲਾ। ਪਰ ਇਹ ਦੱਸੋ ਕਿ ਮਹਿਮਾਨ ਮੁਕੱਦਰ ਨਾਲ ਲੈ ਕਹਿੰਦਾ, ਤੁਸੀਂ ਕੀ ਲੈ ਕੇ ਆਓਗੇ? ਮੈਂ ਤੁਹਾਨੂੰ ਇਹ ਪੁੱਛਿਆ, ਹੁਣ ਤੁਸੀਂ ਇਹਦਾ ਜਵਾਬ ਦਿਓ ਮੈਨੂੰ। ਅਸੀਂ ਜਨਾਬ ਦਵਾਈਆਂ ਦਾ ਕੋਈ ਛਾਪਰ ਭਰ ਕੇ ਤੁਹਾਡੇ ਵਾਸਤੇ ਲੈ ਆਵਾਂਗੇ, ਅਤੇ ਵਨ ਬਾਈ ਵਨ ਕਰਕੇ ਤੁਹਾਡੇ 'ਤੇ ਅਸੀਂ ਉਹਦਾ ਜਿਹੜਾ ਵੀ ਐਕਸਪੈਰੀਮੈਂਟ ਕਰਾਂਗੇ, ਤਜਰਬਾ ਕਰਾਂਗੇ। ਅਗਰ ਬਚ ਗਏ ਤਾਂ ਤੁਹਾਡੇ ਮੁਕੱਦਰ, ਨਾ ਬਚੇ ਤਾਂ ਤਾਂ ਵੀ ਤੁਹਾਡੇ ਮੁਕੱਦਰ। ਯਾਨੀ ਕਿ ਤੁਸੀਂ ਬਸ ਅੱਜ ਅੱਜ ਗਾਂ ਦਾ ਦੁੱਧ ਪੀਣਾ ਚਾਹੁੰਦੇ ਹੋ, ਤੁਸੀਂ ਮੁਰਗੀ ਖਾਣਾ ਚਾਹੁੰਦੇ ਹੋ, ਆਂਡੇ ਨਹੀਂ ਖਾਣਾ ਚਾਹੁੰਦੇ? ਇਹਦਾ ਫਿਰ ਇਹੀ ਮਤਲਬ ਹੋਇਆ ਨਾ ਡਾਕਟਰ ਸਾਹਿਬ। ਮੈਂ ਚਾਹੁੰਦਾ ਵਾਂ ਕਿ ਮੌਲਾਨਾ ਸ਼ਾਹ ਸਾਹਿਬ ਆਪਣੀ ਪਿਆਰੀ ਜੀ ਆਵਾਜ਼ ਸਾਨੂੰ ਸੁਣਾ ਦੇਣ, ਅਤੇ ਆਪਣੀ ਗੱਡੀ ਦਾ ਰੁੱਖ ਇੱਧਰ ਨੂੰ ਮੋੜ ਲੈਣ, ਜੰਡਿਆਲਾ ਰੋਡ ਆ, ਉਹਦੇ ਵਿੱਚ ਮੈਨੂੰ ਬਿਠਾ ਕੇ ਮਹਿਮੂਦ ਦੇ ਡੇਰੇ 'ਤੇ ਲੈ ਜਾਣ, ਅਤੇ ਉੱਥੇ ਜਾ ਕੇ ਅਸੀਂ ਗਾਵਾਂ ਦਾ ਦੁੱਧ ਅੱਜ ਖੁਦ ਬਚਾਉਣਾ ਚਾਹੁੰਦਾ ਵਾਂ। ਜੀ ਸਲਾਮ ਅਲੈਕੁਮ ਵਰਹਮਤੁਲਲਾਹ ਵਬਰਕਾਤੁਹ। ਮਾਸ਼ਾਅੱਲਾ ਮਾਸ਼ਾਅੱਲਾ। ਔਰ ਡਾਕਟਰ ਸਾਹਿਬ, ਬੰਦੇ ਬਣ ਜਾਓ, ਕਦੀ ਤੁਸੀਂ ਬਿਰਿਆਨੀ ਖਾਣੀ ਹੁੰਦੀ, ਕਦੀ ਤੁਸੀਂ ਦੁੱਧ ਪੀਣਾ ਹੁੰਦਾ, ਅਤੇ ਫਿਰ ਬੰਦੇ ਵਿਚਾਰੇ ਕੀ ਕਰਨ? ਪਹਿਲਾਂ ਡਾਕਟਰ ਰਫੀਕ ਵਿਚਾਰਾ ਚੁੱਕਦਾ ਰੋਜ਼ਾ ਰੱਖ ਲਿਆ ਉਹਨੇ, ਉਹ ਮੰਜ਼ਰੇ ਆਮ ਤੋਂ ਗਾਇਬ ਹੋ ਗਿਆ, ਅਤੇ ਹੁਣ ਤੁਸੀਂ ਮਹਿਮੂਦ ਭਾਈ ਨੂੰ ਵੀ ਉਸੇ ਡਗਰ 'ਤੇ ਚਲਾਉਣ ਲੱਗੇ ਹੋ। ਕੀ ਕਰਦੇ ਹੋ ਖੁਦਾ ਬੰਦੇ ਹੋ, ਕੀ ਕਰਦੇ ਹੋ ਉਹਨਾਂ ਦੇ ਬੰਦੇ ਹੋ? ਜੀ ਜੀ ਡਾਕਟਰ ਸਾਹਿਬ, ਮੈਂ ਅਗਰ ਸ਼ੇਖੂਪੁਰੇ ਹੁੰਦਾ ਤਾਂ ਹਾਜ਼ਰ ਸਾਂ। ਮੈਂ ਇਸ ਟਾਈਮ ਮੁਰੀਦ ਕੇ ਵਾਂ, ਅਤੇ ਜਦੋਂ ਤੱਕ ਮੈਂ ਆਉਣਾ, ਮੇਰੇ ਖਿਆਲ ਨਾਲ ਉਹ ਗਾਵਾਂ ਦਾ ਦੁੱਧ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਿਆ ਹੋਣਾ, ਅਤੇ ਫਿਰ ਤਾਂ ਰੱਖ ਲੈਂਦੇ ਹਾਂ। ਮਹਿਮੂਦ ਭਾਈ ਨੂੰ ਪੁੱਛ ਲਓ ਪਹਿਲਾਂ, ਉਸ ਤੋਂ ਪਹਿਲਾਂ ਫਿਰ ਮਹਿਮੂਦ ਭਾਈ ਵਾਸਤੇ ਕੋਈ ਐਨਰਜੀ ਡਰਿੰਕਸ, ਕੋਈ ਐਨਰਜੀ ਡਾਇਟ ਦਾ ਬੰਦੋਬਸਤ ਕਰ ਲਓ, ਤਾਂ ਕਿ ਇਹ ਵੀ ਹਾਲ ਸਾਡੇ ਦੋਸਤ ਤਰ੍ਹਾਂ ਕਿਧਰੇ ਇਹਨਾਂ ਦੇ ਵੀ ਹਾਲਾਤ ਖਰਾਬ ਨਾ ਹੋ ਜਾਣ, ਇਹਦਾ ਖਿਆਲ ਰੱਖਿਆ ਜੇ। ਮਹਿਮੂਦ ਭਾਈ ਦਿਲ ਦੇ ਹੌਲੇ ਬੰਦੇ ਨਹੀਂ, ਅਤੇ ਨਾ ਹੀ ਨੀਅਤ ਦੇ ਮਾੜੇ ਹੈ। ਉਹ ਕਿਹੜੇ ਡਾਕਟਰ ਫੀਕ ਸਾਹਿਬ ਨੇ ਜਨਾਬ, ਇਹਨਾਂ ਨੇ ਮਤਲਬ ਕਿ ਮਹਿਮੂਦ ਸਾਹਿਬ ਨੇ ਉਹਨਾਂ ਦੀ ਕੋਈ ਡਿਗਰੀ ਹਾਸਲ ਕੀਤੀ ਹੈ ਉਸ ਨੇਚਰ ਦੀ, ਅਤੇ ਕੰਜੂਸੀ 'ਚ ਕੋਈ ਡਿਗਰੀ ਹਾਸਲ ਕੀਤੀ ਹੋਵੇ ਉਹਨਾਂ ਨੇ, ਦਲੇਰ ਆਦਮੀ ਨੇ, ਇਨਸ਼ਾਅੱਲਾ ਕੋਈ ਮਸਲਾ ਨਹੀਂ ਹੈ। ਉੱਥੇ ਤੁਹਾਨੂੰ ਬੜਾ ਡੇਰੇ ਦੱਸੀ ਜਾਂਦੇ ਹਾਂ, ਅਤੇ ਇੱਕ ਇੱਕ ਜਿਹੜਾ ਗਲਾਸ ਦੁੱਧ ਪੀ ਕੇ ਕੋਈ ਜ਼ਿਹਨ ਫਰੈਸ਼ ਹੋਏਗਾ ਸਾਡਾ, ਅੱਲਾ ਦੀ ਰਹਿਮਤ ਨਾਲ ਸਹੀ ਫਰਕ ਕਰੇਗਾ। ਗਾਏ ਦਾ ਦੁੱਧ ਵੈਸੇ ਵੀ ਮਤਲਬ ਕਿ ਸਿਹਤ ਅਫਜ਼ਾ ਹੁੰਦਾ, ਜ਼ਿਹਨ ਦੇ ਲਿਹਾਜ਼ ਨਾਲ ਵੈਸੇ ਵੀ ਮਤਲਬ ਕਿ ਜ਼ਹਾਨਤ ਵੱਧਦੀ ਉਹਦੇ ਨਾਲ, ਅਤੇ ਜਿਵੇਂ ਜਿਵੇਂ ਵਕਤ ਗੁਜ਼ਰ ਰਿਹਾ ਉਸ ਤਰ੍ਹਾਂ ਮਤਲਬ ਕਿ ਜ਼ਹਾਨਤ ਕਮ ਪਈ ਜਾ ਰਹੀ ਹੈ। ਸਾਨੂੰ ਬਲਾਨ ਤਾਂ ਅਸੀਂ ਇਨਸ਼ਾਅੱਲਾ ਉੱਥੇ ਹਾਜ਼ਰ ਹੁੰਦੇ ਹਾਂ। ਅਸਲਾਮ ਵਾਲੇਕਮ। ਇਹ ਜਨਾਬ ਦੀ ਸਿਹਤ ਤਾਂ ਠੀਕ ਹੁੰਦੀ ਨਹੀਂ, ਕਦੀ ਬਿਰਿਆਨੀਆਂ ਅਤੇ ਕਦੀ ਗਾਵਾਂ ਦਾ ਦੁੱਧ, ਕੋਈ ਸਮਝ ਨਹੀਂ ਆਉਂਦੀ। ਖਾਂਦੇ ਪੀਂਦੇ ਵੀ ਮਾਸ਼ਾਅੱਲਾ ਠੀਕ ਠਾਕ ਨੇ, ਪਰ ਸਿਹਤ ਵਾਲਾ ਕੰਮ ਵੱਲੋਂ ਥੋੜ੍ਹੀ ਤੰਗੀ ਹੈ। ਔਰ ਡਾਕਟਰ ਸਾਹਿਬ, ਤੁਸੀਂ ਜ਼ਿਹਨ ਵਧਾ ਕੇ ਕੀ ਕਰਨਾ? ਇੰਨੇ ਜ਼ਿਹਨ ਦਾ ਕੀ ਕਰਨਾ ਕਿ ਬੰਦਾ ਬੀ ਐੱਸ ਸੀ ਤੋਂ ਬਾਅਦ ਐੱਫ ਐੱਸ ਸੀ ਦੀ ਜਾਂ ਫਿਰ ਅੰਗਰੇਜ਼ੀ ਪੜ੍ਹੇ, ਅਤੇ ਬੀ ਐੱਸ ਸੀ ਤੋਂ ਬਾਅਦ ਐੱਫ ਏ ਦੀ ਅੰਗਰੇਜ਼ੀ ਪੜ੍ਹਨੀ ਹੈ। ਇੰਨਾ ਕੁ ਜ਼ਿਹਨ ਤਾਂ ਤੁਹਾਡੇ ਕੋਲ ਪਹਿਲਾਂ ਹੈ ਨਹੀਂ, ਉਸੇ ਤੋਂ ਗੁਜ਼ਾਰਾ ਕਰ ਲਓ ਯਾਰ। ਮਾਸ਼ਾਅੱਲਾ ਜਨਾਬ ਮਾਸ਼ਾਅੱਲਾ, ਬਹੁਤ ਹੀ ਦੇਰ ਬਾਅਦ ਅੱਜ ਮੈਨੂੰ ਅਮਰ
भाई की आवाज़ सुनने मिली है। ये एक अच्छा शगुन है, अच्छा शगल है। तो इस तरह ही ग्रुप के आते रहन, सू अपनी आवाज़ सुनाते रहन, एक अच्छी बात है, अच्छा लगता है। बाकी रह गई सेहत की गल, एक फिटनेस है, सेहत भी ठीक है अलहमदुल्ला, फिटनेस है कि जिसम अपने इतदाल तो ज़्यादा नहीं मतलब कि बढ़न देता, एक लैवल च रखीदा। हई जमालो पौलो डी हई जमालो, शायद भाई नहीं है, हई जमालो पौलो डी हई जमालो, जियो शायद भाई, जियो जियो हजारों साल। जी जी आमिर भाई सही कह रहे हो तुसी, असल च उन्होंने ना मटीरियल ही इंजा लगा, गॉड गिफ्ट मटीरियल है, अल्लाह तला ने इन्होंने ना मटीरियल ही इंजा दे के भेजे है, कोई मसला नहीं, सारी मेहनत रहेगा है जो जिस पट्टी चो बन गया ना इन्हों मटीरियल नहीं लगा। हम जिए हजारों साल आपका दीदार हो बार बार, जिंदगी हो ऐसी हजार साल जिसमें आप जैसे दोस्त हो बेशुमार। महमूद भाई ना थोड़ी मेहरबानी नहीं लुड़ी ना पवो कि इतने मेरे को बहुत सारी फैसिलिटीज है, अलहमदुल्ला मोटरसाइकिल ने इतने गड़ी तो की अरेंजमेंट कर सकना वा, फोन करके रक्षे आम चलन देने थो, मोटरसाइकिल यामाहा है, होंडा भी है अलहमदुल्ला, तो कोई मसला नहीं है। मैंने पंजी पांच मिनट लगने थोड़े को पहुँचने लगे, तो इवें तुम परेशान हो गए, उ दो किलो दुध पी गया मैं, तो तुम कहना यार क्या जिन्ना बहुत काम अभी खराब होया। डॉक्टर साहब खुदा दे बंदे दो किलो दुध दो पाना कितने जे, अल्लाह के बंदे तुहाडी ओजरी ते पा दुध जिहड़ी नहीं है ते तुसीं दो किलो दुध पीने गल्ला करदे हो, पाना कितने दो किलो दुध, बंदे बणो एवें बंदे नूं परेशान ना करो। माशाल्लाह माशाल्लाह चले जाओ। कभी खुश भी किया है जी किसी रिंद शराबी का, कभी खुश भी किया है जी किसी रिंद शराबी का, बढ़ा दे मुंह से मुंह साकी हमारा और गुलाबी का। ना मैं रिंद ना मैं शराबी, ना मेरा दोस्त कोई ऐसा कबाबी, तू चुप कर जा भाई मैं हूँ बड़ा पापी। और सरकार मैं कल्ले की गल नहीं कर रहा, दो किलो दुध मैं ही पी लेना, मैनू पता है कि एक छटाके दुध जो भी मैं काफ़ी हो जाना सैर, लिहाजा मैं इस कर दो किलो तमाम फ्रेंड जिन्हें मेरे ना जाने दो चार वही पी लेंगे। वाह क्या बात है डॉक्टर साहब की इस इज्तमाही सोच को, मेरा सैल्यूट डॉक्टर साहब दी ग्रेट। डॉक्टर साहब डॉक्टर फीक साहब ना भी रबता कर लो जो धारा लेना से तैयार होना, तो उधर माशाल्लाह कैपेसिटी है कोई कि दो किलो दुध जरा ना उधर माशाल्लाह कोई मुखियां मुखियां च समा जाएगा इंशाल्लाह। तो डॉक्टर फीक साहब जरा अगर मरीजों तो फुरसत मिल गई हो अल्ट्रासाउंड तो फारिग होवो, तो की ख्याल है थोड़ा फिर? यकीन जानो प्रोफेसर सज्जाद दे वलीमे ते इस बंदे ने इन्ना को खादा कि वो मजबूर हो के जिस नज़म भाई पुलिस वाले जड़े ने उन्होंने कहना शुरू करता, खुदा का कुछ खौफ कर भाई तेरी मेहरबानी तू क्यों पटना तू, और कहना नहीं नहीं मेरे को इन्नी को गुंजाइश है कि इन्हों मैं बचा सकता, कोई अल्लाह का खौफ होंगे इंसान को, उन्हें उस दिन तो खौफ बिल्कुल ही ला दिता। आदल भाई कितने हो तुसी, आदल भाई एयरपोर्ट वाली सरकार जरा तुसी भी को थोड़ा जिहा यार ख्याल फरमाओ कि असीं एयरपोर्ट ते आईए फिर, कोई सुनिया उत्थे भी बड़े साइडां ते वाड़े ने एयरपोर्ट वाली साइड ते, आदल भाई दसो ते भाई इमरान डोगर साहब मैं इस टाइम मुरीद के हाँ, थोड़ी ड्यूटी अजकल मुरीद के वे ते कित्थे हो, चलो मुरीद के ही फिर तुसां भी हो सकदा कोई कटिंग च ही होए थोड़े को चाह पी ली जाए। डॉक्टर साहब असल में बात यह है कि उन्हें खाने का शौक नहीं, वो खाते हैं अपना माल बचाने को, मोटी सी जान बचाने को, वो खाते हैं दोस्तों का वादा निभाने को, वो खाते हैं महफिल को बसाने को।
ਇਹ ਸ਼ੇਅਰ ਜਿਹੜਾ ਮੈਂ ਸਪੈਸ਼ਲੀ ਨਾਲ ਡੈਡੀਕੇਟ ਕਰ ਰਿਹਾ ਵਾ ਇਹਨੂੰ ਡਾਕਟਰ ਠੀਕ ਸਾਹਿਬ ਨੂੰ। ਅਗਰ ਉਹ ਮੇਰੀ ਆਵਾਜ਼ ਸੁਣ ਰਹੇ ਨੇ ਤਾਂ ਕਿੰਨਾ ਚਿਰ ਹੋ ਗਏ ਦੇ ਲੈਣ। ਸ਼ੇਅਰ ਇਹ ਵੀ ਜਨਾਬ, ਤੁਮ ਹਮਾਰੇ ਕਿਸੀ ਤਰ੍ਹਾਂ ਨਾ ਹੋਵੇ, ਤੁਮ ਹਮਾਰੇ ਕਿਸੀ ਤਰ੍ਹਾਂ ਨਾ ਹੋਵੇ, ਵਰਨਾ ਦੁਨੀਆ ਮੇਂ ਕਿਆ ਨਹੀਂ ਹੋਤਾ। ਕਮਾਲ ਹੈ, ਕਮਾਲ ਹੈ ਜਨਾਬ, ਮੌਲਾ ਸਾਹਿਬ ਕਮਾਲ ਹੈ, ਕਮਾਲ ਹੈ, ਬਿਹਤਰੀਨ ਤੁਸੀਂ ਨਾਲ ਸ਼ੇਅਰ ਬੋਲਿਆ ਹੈ। ਕਿਉਂ ਸੁਣੇ ਅਰਜ਼ੇ ਮੁਸਤਰਬ ਮੋਮਿਨ, ਕਿਉਂ ਸੁਣੇ ਅਰਜ਼ੇ ਮੁਸਤਰਬ ਮੋਮਿਨ, ਸਨਮ ਆਖਰ ਖੁਦਾ ਨਹੀਂ ਹੋਤਾ, ਅਸਰ ਉਸਕੋ ਜ਼ਰਾ ਨਹੀਂ ਹੋਤਾ, ਰੰਜੋ ਰਾਹਤ ਫਜ਼ਾ ਨਹੀਂ ਹੋਤਾ। ਅਤੇ ਇਸੇ ਤਰ੍ਹਾਂ ਅਸਰ ਡਾਕਟਰ ਫੀਕ ਕੋ ਨਹੀਂ ਹੋਤਾ। ਭਾਈ ਜਲਦੀ ਜਲਦੀ ਆਪਣਾ ਫੈਸਲਾ ਕਰੋ, ਮੇਰਾ ਦਿਲ ਘਬਰਾਈ ਜਾਣ ਡਿਆ ਤੁਹਾਡੀ ਗੱਲਾਂ ਸੁਣ ਸੁਣ ਕੇ। ਵੈਸੇ ਇੱਕ ਗੱਲ ਹੈ, ਡਾਕਟਰ ਫੀਕ ਨੇ ਇਹ ਪਲੇ ਕਰ ਕਰਕੇ ਸੁਣ ਰਿਹਾ ਹੈ, ਲੇਕਿਨ ਜਵਾਬ ਕੋ ਨਹੀਂ ਦੇ ਰਿਹਾ ਹੈਗਾ। ਉਹਨੂੰ ਇਹ ਵੇਖ ਕੇ ਜਦ ਮੈਂ ਜਵਾਬ ਦਿੱਤਾ ਤੇ ਨਾਲ ਮੇਰੇ ਨਾਲ ਆਇਆ ਨਾ, ਯਕੀਨ ਜਾਣੋ ਡਾਕਟਰ ਸਾਹਿਬ ਨਾ, ਡਾਕਟਰ ਫੀਕ ਸਾਹਿਬ ਬਹੁਤ ਗੁੱਸੇ 'ਚ ਨੇ, ਅਤੇ ਬਹੁਤ ਮੈਸੇਜ ਨਾ ਉਹਦੇ ਬਾਰੇ ਤੁਸੀਂ ਕਰੋ, ਅੱਲਾ ਖੈਰ ਕਰੇ। ਹਾਂਜੀ, ਹੁਣ ਕੋਈ ਉਹਦੀ ਕੁਝ ਫਲੈਟਰਿੰਗ 'ਚ ਕਰ ਦਵੋ। ਮਹਿਮੂਦ ਭਾਈ, ਤੁਹਾਨੂੰ ਕਾਹਦਾ ਘਬਰਾ ਪੈ ਗਿਆ? ਅੱਲਾ ਰਹਿਮ ਕਰੇ, ਕਾਹਦਾ ਘਬਰਾ ਪੈ ਗਿਆ ਤੁਹਾਨੂੰ? ਅੱਲਾ ਖੈਰ ਕਰੇ। ਭਾਈ ਜਿਹੜੀ ਗੱਲ ਹੈ ਛੇਤੀ ਛੇਤੀ ਦੱਸੋ ਨਾ, ਮੈਂ ਹੁਣ ਬੈਠਾ ਵਾ ਇੱਥੇ, ਜੇ ਆਉਣਾ ਤੇ ਫਿਰ ਆ ਜਾਓ। ਅਗਰ ਤੁਹਾਡੇ ਮੁਕਦਰਾਂ 'ਚ ਦੁੱਧ ਹੋਇਆ ਤਾਂ ਮੈਂ ਤੁਹਾਡੇ ਮੁਕਦਰ ਖੋ ਤੇ ਨਹੀਂ ਨਾ ਸਕਦਾ ਭਾਈ ਮੇਰੇ, ਇਹ ਅੱਲਾ ਪਾਕ ਦੀ ਦੇਣ ਹੈ ਜੀ। ਸਦਕੇ ਬਿਸਮਿਲਾ, ਬਹੁਤ ਖੁਸ਼ੀ ਹੋਣੀ ਹੈ। ਵਾਹ ਭਾਈ, ਸੱਚੀ ਗੱਲ ਹੈ ਯਾਰ, ਖੁਸ਼ੀ ਹੋਣੀ ਹੈ। ਚਲੋ ਬੁੱਢੀ ਕੋ ਮਾਰ ਖਾ ਲਾਂਗਾ ਜਾ ਕੇ ਥੋੜ੍ਹੇ 'ਚ, ਆ ਜਾਓ ਤੁਸੀਂ। ਮਾਰ ਤਾਂ ਸਰਕਾਰ ਤੋਂ ਪੈਣੀ ਪੈਣੀ ਹੈ, ਇਹ ਤਾਂ ਕਨਫਰਮ ਹੈ। ਮਹਿਮੂਦ ਭਾਈ, ਡਾਕਟਰ ਸਾਹਿਬ ਨੇ ਆਉਣਾ ਕੋਈ ਨਹੀਂ, ਤੇ ਇੰਜ ਕਰੋ ਤੁਸੀਂ ਮਾਰ ਨਾ ਖਾਓ ਤੇ ਜਾਨ ਬਚਾਓ, ਤੇ ਛੇਤੀ ਛੇਤੀ ਆਪਣੇ ਆਪ ਨੂੰ ਘਰ ਪਹੁੰਚਾਓ, ਇਸ ਝਗੜੇ ਨੂੰ ਇੱਥੇ ਹੀ ਮੁਕਾਓ। ਤੇ ਡਾਕਟਰ ਅਬਦੁਲ ਵਾਹਿਦ ਸਾਹਿਬ, ਤੁਸੀਂ ਹੁਣ ਗਰੁੱਪ ਵਾਲਿਆਂ ਨੂੰ ਕਿਸੇ ਹੋਰ ਆਰੇ ਲਾਓ, ਤੁਹਾਨੂੰ ਦੁੱਧ ਦੇਈਏ, ਤੁਹਾਨੂੰ ਬਦਾਮ ਦੇਈਏ, ਤੁਹਾਨੂੰ। ਹਾਂਜੀ ਭਰਾਵਾ, ਜਿਨ੍ਹਾਂ ਦੇ ਤੁਹਾਡੇ ਵਰਗੇ ਭਰਾ ਹੋਣ ਉਹਨਾਂ ਨੂੰ ਕੁੱਟ ਪੈਣੀ ਹੀ ਪੈਣੀ ਹੈ, ਤੇ ਪਿਓ ਪਿਓ ਕੇ ਕੁੱਟ ਪੈਣੀ ਹੈ। ਚਲੋ ਅੱਲਾ ਦੇ ਵੇਖਣ ਹੀ ਡਿਆ ਨਾ, ਦਲੇਰੀ ਹੈ ਭਰਾਵਾ ਮੇਰੀ, ਮੈਂ ਇਤਰਾਫ ਕਰ ਲੈਣਾ ਕਿ ਮੈਨੂੰ ਕੁੱਟ ਪੈਂਦੀ ਹੈ। ਡਾਕਟਰ ਸਾਹਿਬ ਤੁਸੀਂ ਵੀ ਇਤਰਾਫ ਕਰੋ ਨਾ, ਇਹ ਜਿੰਨਾ ਤੁਸੀਂ ਖਾਂਦੇ ਹੋ ਨਾ, ਉਹ ਗੱਲ ਹੈ ਨਾ ਕਿ ਬੱਕਰੀ ਨੂੰ ਜਿੰਨਾ ਮਰਜ਼ੀ ਖਵਾ ਲਓ, ਜਿੰਨਾ ਮਰਜ਼ੀ ਖਵਾ ਕੇ ਰਜਾ ਲਓ, ਤੇ ਉਹਨੂੰ ਇੱਕ ਦਫ਼ਾ ਸ਼ੇਰ ਅੱਗੇ ਲੈ ਜਾਓ ਤੇ ਸਾਰਾ ਕੁਝ ਉਹਦਾ ਖਤਮ ਹੋ ਜਾਂਦਾ, ਜਿੰਨਾ ਵੀ ਉਹਨੂੰ ਖਵਾਇਆ ਹੋਵੇ। ਤੇ ਤੁਹਾਡਾ ਹਿਸਾਬ ਉਹੀ ਹੈ, ਤੁਹਾਨੂੰ ਦੁੱਧ ਦੇਈਏ, ਤੁਹਾਨੂੰ ਬਦਾਮ ਦੇਈਏ, ਤੁਹਾਨੂੰ ਮੱਖਣ ਦੇਈਏ, ਤੁਹਾਨੂੰ ਬਿਰਿਆਨੀ ਖਵਾਈਏ, ਜੋ ਮਰਜ਼ੀ ਖਵਾਈਏ, ਜਦੋਂ ਤੁਸੀਂ ਇੱਕ ਵਾਰੀ ਘਰ ਵੜਨਾ ਹੈ ਨਾ, ਤੁਹਾਡਾ ਸਾਰਾ ਕੁਝ ਖੁਸ਼ਕ ਹੋ ਜਾਣਾ, ਇਸ ਵਾਸਤੇ ਤੁਹਾਨੂੰ ਖਵਾਉਣ ਦਾ ਫਾਇਦਾ ਕੋਈ ਨਹੀਂ। ਸ਼ਾਹਿਦ ਭਾਈ, ਮੈਂ ਠੀਕ ਕਿਹਾ ਨਾ? ਇਤਵਾਰ ਦਾ ਕੋਈ ਪ੍ਰੋਗਰਾਮ ਹੈ ਵੇ ਕਿਸੇ ਵੱਲ, ਦੱਸੋਗਾ ਭਲਾ ਭਾਈ ਇਤਵਾਰ ਦਾ? ਜੀ ਜੀ ਮਹਿਮੂਦ ਭਾਈ, ਤੁਸੀਂ ਬਿਲਕੁਲ ਠੀਕ ਕਿਹਾ ਹੈ, ਇਸੇ ਤੋਂ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਨਿਕਲਣਾ ਹੀ ਨਹੀਂ, ਉਹ ਇਸੇ ਤੋਂ ਘਰੋਂ ਨਿਕਲਦੇ ਹੀ ਨਹੀਂ ਅੱਲਾ ਦੇ ਬੰਦੇ ਹੋ। ਡਾਕਟਰ ਸਾਹਿਬ ਆਓ ਹੁਣ ਲਾਈਨ ਤੇ, ਸੁਣਾਓ ਆਪਣੇ ਬਹਾਦਰੀ ਦੇ ਕਾਰਨਾਮੇ, ਆਓ ਹਾਂ ਜ਼ਰਾ ਲਾਈਨ ਤੇ ਤੁਸੀਂ ਵੀ। ਡਾਕਟਰ ਅਬਦੁਲ ਵਾਹਿਦ ਸਾਹਿਬ ਨੂੰ ਆਪਣੀ ਨਰਮੋ ਨਾਜ਼ਕ ਛੋਟੀ ਛੋਟੀ ਪਤਲੀ ਪਤਲੀ ਲੰਬੀ ਲੰਬੀ ਹੱਡੀਆਂ ਦੇ ਨਾਲ ਬਹੁਤ ਪਿਆਰ ਹੈ, ਤੇ ਅੱਜ ਕੱਲ੍ਹ ਮੌਸਮ ਕਿਉਂਕਿ ਕੱਚਾ ਪੱਕਾ ਹੈ, ਚੇਂਜ ਹੋ ਰਿਹਾ, ਤੇ ਕੋਈ ਪਤਾ ਨਹੀਂ ਸੈਂਡਲ ਦੀ ਕੋਈ ਮਾੜੀ ਜਿਹੀ ਹੀਲ ਲੱਗਣ ਵਾਲੀ, ਕੋਈ ਹੱਡੀ ਕਰੈਕ ਹੋ ਗਈ, ਕੋਈ ਫ੍ਰੈਕਚਰ ਹੋ ਗਈ, ਤੇ ਫਿਰ ਡਾਕਟਰ ਸਾਹਿਬ ਵਿਚਾਰੇ ਪਿਛਲੀ ਉਮਰ ਹੱਡੀਆਂ ਜੁੜਦੀਆਂ ਵੀ ਨਹੀਂ, ਇਹ ਬੜਾ ਮਸਲਾ ਹੈ। ਇਸ ਤੋਂ ਤਾਂ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨਹੀਂ ਆਉਣਾ। ਜੀ ਮਹਿਮੂਦ ਭਾਈ, ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਫਿਰ ਇਤਵਾਰ ਵਾਲੇ ਦਿਨ ਨਾ ਰਾਣਾ ਸੱਜਾਦ ਸਾਹਿਬ ਜਾਣ ਦਾ ਪ੍ਰੋਗਰਾਮ ਹੈ, ਰਾਣਾ ਸੱਜਾਦ ਸਾਹਿਬ ਫਰੈਂਡ ਫੋਰ ਐਵਰ।
ਨਾ ਤੇ ਅਫਜ਼ਲ ਭੱਟੀ ਸਾਹਿਬ ਗਰੁੱਪ ਚ ਆ ਰਹੇ ਨੇ, ਨਾ ਸਰਫਰਾਜ ਭਾਈ ਨੇ, ਨਾ ਸਰਵਰ ਭਾਈ ਨੇ। ਓਏ ਆਵਾਜ਼ ਸੁਣਾ ਦਿਓ, ਖੁਦਾ ਦਾ ਨਾਂ ਜੇ ਆਵਾਜ਼ ਸੁਣਾ ਦਿਓ। ਉਹ ਤੁਹਾਨੂੰ ਅੱਲਾ ਬਹੁਤਾ ਦੇਵੇ ਉਹ ਭਾਈ, ਆਵਾਜ਼ ਸੁਣਾ ਦਿਓ ਆਪਣੀ ਯਾਰ, ਸੁਣਾ ਦਿਓ ਯਾਰ ਭਾਈ। ਨਹੀਂ ਫਿਰ ਭਾਈ ਜਾਨ, ਅਜ਼ਾਨ ਸ਼ੁਰੂ ਹੋ ਗਈ ਹੈ ਅਤੇ ਫਿਰ ਅਜ਼ਾਨ ਤੋਂ ਬਾਅਦ ਜਾਂ ਨਮਾਜ਼ ਤੋਂ ਬਾਅਦ ਗੱਲਬਾਤ ਕਰਦੇ ਹਾਂ। ਅਜ਼ਾਨ ਸ਼ੁਰੂ ਹੋ ਗਈ ਹੈ, ਜਿੱਥੇ ਜਿੱਥੇ ਹੈ ਉਹ ਆਪਣਾ ਖਿਆਲ ਰੱਖਣਾ, ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ। ਨਮਾਜ਼ ਤੋਂ ਬਾਅਦ ਗੱਲ ਕਰਾਂਗੇ ਇਨਸ਼ਾਅੱਲਾ। ਆਪਣਾ ਖਿਆਲ ਰੱਖਣਾ ਭਾਈ। ਜੀ ਜੀ ਬਿਲਕੁਲ ਮਹਿਮੂਦ ਭਾਈ, ਸ਼ੇਖੋ ਬੋਰਾ ਉਸਕੇ ਗਿਰਦੋ ਨਵਾਬ ਮੇਂ ਨਮਾਜ਼ ਮਗਰਿਬ ਕਾ ਵਕਤ ਹੋ ਜਾਤਾ ਹੈ, ਤੋ ਲਿਹਾਜ਼ਾ ਤਮਾਮ ਅਹਬਾਬ ਮਗਰਿਬ ਕੀ ਨਮਾਜ਼ ਕੀ ਤਿਆਰੀ ਕਰੇਂ। ਇਨਸ਼ਾਅੱਲਾ ਮਗਰਿਬ ਕੀ ਨਮਾਜ਼ ਕੇ ਬਾਅਦ ਬਾਤ ਹੋਤੀ ਹੈ। ਜਜ਼ਾਕੁਮ ਅੱਲਾਹ ਖੈਰ।